एंड वेलकम बैक टू एवरी वन वंस अगेन ऑन मई चैनल एडूमस्ट सो अज थोड़े लिए एक गुड न्यूज़ है और सिक्ख्या विभाग ने एक नव नोटिस क्ड दिता है जिस कि उन्होंने सैकेंड स्क्रूटनी जोड़े बच्चों ने बुलाया है सो so, ती लिसट चेक कर लेनी है पहला आप नोटिस पढ़ लें कि नोटिस की आया है ओके okay? ਸੋ ਇਸ ਨੋਟਿਸ ਵਿੱਚ ਇਹ ਦੱਸਿਆ ਗਿਆ ਹੈ ਕਿ 28 ਦੂ 2020 ਨੂੰ ਜਿਹੜੀਆਂ ਆਪਣੀਆਂ ਮਾਸਟਰ ਕੱਟ ਦੀ ਉਹਨਾਂ ਨੇ ਪੜਤੀਆਂ ਕੱਡੀਆਂ ਸੀ ਉਹਦੇ ਜਿਹੜੇ ਪੇਪਰ ਲੈ ਗਏ ਸੀ ਤਾਂ ਬਕਵਾਕ ਵਿੱਚ ਜਿਵੇਂ ਪੰਜਾਬੀ ਹਿੰਦੀ ਅੰਗਰੇਜ਼ੀ ਸਾਇੰਸ ਮੈਥ ਸਮਾਜਿਕ ਤੇ ਉਹਨਾਂ ਨੇ ਲਏ ਸੀ ਉਹ ਨਤੀਜਾ ਘੋਸ਼ਿਤ ਹੋ ਗਿਆ ਸੀ ਤਾਂ ਹਾਈ ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਆਪਣੇ ਅਸਲ ਦਸਤਾਵੇਜ਼ਾਂ ਦੀ ਸਕਰੂਟੀ ਕੀਤੀ ਗਈ ਸੀ ਔਰ ਹੁਣ ਉਹਨਾਂ ਨੇ ਜਿਹੜੀਆਂ ਪੋਸਟਾਂ ਖਾਲੀ ਰਹਿ ਗਈਆਂ ਸੀ ਸਿਗੀਆਂ ਉਹਨਾਂ ਨਾਲ ਨੱਥੀ ਲਿਸਟ ਅਨੁਸਾਰ ਉਹਨਾਂ ਉਮੀਦਵਾਰਾਂ ਨੂੰ ਦਫ਼ਤਰ ਡਾਇਰੈਕਟਰ ਉਹਨਾਂ ਨੇ ਸੱਦਾ ਦਿੱਤਾ ਹੈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3B1 ਮੁਹੱਲੇ ਵਿੱਚ ਤੇ ਵਿਖੇ ਮਿਤੀ 2 3 2021 ਨੂੰ ਸਵੇਰੇ 9:30 ਵਜੇ ਸੱਦਾ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਸਾਰੇ ਵਿਸ਼ਿਆਂ ਵਿੱਚ ਵਿਮੁਖਤ ਜਾਤੀ ਦੇ ਉਮੀਦਵਾਰਾਂ ਨੂੰ 3 3 2021 ਨੂੰ 9:30 ਵਜੇ ਬੁਲਾਇਆ ਜਾਂਦਾ ਹੈ ਸੋ ਦੋ ਡੇਟਸ ਇੱਥੇ ਇੰਪੋਰਟੈਂਟ ਨੇ 2 ਔਰ 3 2 ਤਰੀਕ ਨੂੰ ਉਹਨਾਂ ਨੇ ਜਿਹੜੀਆਂ ਵੀ ਸੀਟਾਂ ਖਾਲੀ ਰਹਿ ਗਈਆਂ ਨੇ ਉਹਨਾਂ ਲਈ ਬੱਚਿਆਂ ਨੂੰ ਕੈਂਡੀਡੇਟਸ ਨੂੰ ਬੁਲਾਇਆ ਹੈ ਔਰ ਵਿਮੁਖਤ ਜਾਤੀ ਦੇ ਕੈਂਡੀਡੇਟਸ ਨੂੰ 3 ਤਰੀਕ ਨੂੰ 9:30 ਵਜੇ ਸਵੇਰੇ ਦੋਨਾਂ ਨੂੰ ਹੀ ਬੁਲਾਇਆ ਹੈ ਠੀਕ ਹੈ ਔਰ ਤੁਸੀਂ ਲੈ ਕੇ ਕੀ ਕੀ ਜਾਣਾ ਹੈ ਨਾਲ ਆਪਣੇ ਆਪਣੇ अपनी ईमेल आई डी तो ना तो जिन्हें भी के बी की उन्होंने मंगी है आई थिंक एट हंड्रड के बी की मंगी है सो उ ये सारे सर्टिफिकेट अपने नाल ला के उ न्थी कर देने जिमें कि अपना टेंथ का सर्टिफिकेट और प्लस टू का सर्टिफिकेट ग्रैजुएशन की तीनों साल के डी एम सी और डिग्री और बी एड की डी एम सी और डिग्री और कैटागरी का सर्टिकेट अपना जो भी थोड़ी कैटागरी है एससी बी सी सर्विसमैन जर्टिफिके जो भी है ਸਪੋਰਟਸ ਜੋ ਵੀ ਹੈ ਡੋਮਿਸਾਈਲ ਦਾ ਸਰਟੀਫਿਕੇਟ ਆਪਣਾ ਰੈਜ਼ਿਡੈਂਸ ਪ੍ਰੂਫ ਔਰ ਪੀਐਸਟ 2 ਦਾ ਡਾਟਾ ਪਾਸ ਸਰਟੀਫਿਕੇਟ ਹੈ ਉਹ ਤੁਸੀਂ ਜਾ ਕੇ ਉੱਥੇ ਕਿਸੇ ਕੈਫੇ ਵਾਲੇ ਤੋਂ ਕਰਵਾ ਲਓ ਉੱਥੇ ਅਪਲੋਡ ਕਰ ਦਿਓ ਤੇ ਜਿਹੜੇ ਤੁਸੀਂ ਤੇ ਨੀਚੇ ਲਿਖਿਆ ਹੈ ਸਕਰੂਟੀ ਲਈ ਬੁਲਾਈ ਗਈ ਉਮੀਦਵਾਰਾਂ ਦੀ ਸੂਚੀ ਪੜਤਾਲ ਸਕਰੂਟੀ ਪਰਫਾਰਮਾ ਅਤੇ ਹੋਰ ਜਾਣਕਾਰੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਔਰ ਕੋਵਿਡ-19 ਦੇ ਸਾਰੇ ਨਿਯਮਾਂ ਦਾ ਤੁਸੀਂ ਖਿਆਲ ਰੱਖਣਾ ਹੈ ਸੋ ਜਿਹੜੇ ਪਰਫਾਰਮਾ ਇਥੇ ਦਿੱਤੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਫਾਰਮਿੰਗ ਇਹਨਾਂ ਦੇ ਮੈਂ ਆਪਣੇ ਚੈਨਲ ਤੇ ਜਿਹੜੇ ਇਹਨੂੰ ਕਿਵੇਂ ਭਰਨਾ ਹੈ ਇਹਦੇ ਤੇ ਕਿਹੜੀ ਕਿਹੜੀ ਚੀਜ਼ਾਂ ਤੇ ਲੋਡ ਹੈ ਉਹ ਸਾਰਾ ਕੁਝ ਹੀ ਮੈਂ ਆਪਣੇ ਚੈਨਲ ਤੁਸੀਂ ਮੇਰੀ ਮਾਸਟਰ ਕੈਟ ਦੀ ਜਿਹੜੀ ਪਲੇਲਿਸਟ ਹੈ ਉੱਥੇ ਜਾ ਕੇ ਜਿਹੜਾ ਉੱਪਰ ਆਈਕਨ ਬਟਨ ਹੋਏਗਾ ਤੁਸੀਂ ਦੇਖ ਵੀ ਸਕਦੇ ਹੋ ਉੱਥੇ ਹੀ ਮੈਂ ਤੁਹਾਨੂੰ ਦੇ ਦੂੰਗੀ ਤੁਸੀਂ ਵੀ ਡਿਸਕ੍ਰਿਪਸ਼ਨ ਦੇ ਵਿੱਚੋਂ ਜਾ ਕੇ ਵੀ ਲੈ ਸਕਦੇ ਹੋ ਸੋ ਇਹ ਪਰਫਾਰਮੈਟੀਵਿ ਮੇ ਬਣਾਈ ਹੋਈ ਹੈ ਤੁਸੀਂ ਉਸ ਤਰ੍ਹਾਂ ਹੀ ਆਪਣੀ ਫਾਈਲ ਨੂੰ ਰੈਡੀ ਕਰ ਲੈਣਾ ਹੈ ਠੀਕ ਹੈ ਇਹ ਮੇਰੇ ਚੈਨਲ ਤੇ ਤੁਹਾਨੂੰ ਮਿਲ ਜਾਏਗੀ ਔਰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਹੋਣਗੇ ਜੋ ਵੀ ਹੈ ਉਹਦਾ ਵੀ ਲਿਸਟ ਮੈਂ ਬਣਾਈ ਹੋਈ ਹੈ ਤੁਸੀਂ ਜਾ ਕੇ ਉਸ ਪਲੇ ਸਟੋਰ ਤੋਂ ਉਹਨਾਂ ਨੂੰ ਵਿਜ਼ਿਟ ਕਰ ਲਓ ਇੱਕ ਵਾਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੀ ਕੀ ਤੁਹਾਨੂੰ ਚਾਹੀਦਾ ਹੈ ਜੋ ਵੀ ਇੰਪੋਰਟੈਂਟ ਹੈ ਤੇ ਤੁਹਾਨੂੰ ਕੋਈ ਵੀ ਕੁਰੀ ਹੋਵੇ ਤੁਸੀਂ ਮੇਰੇ ਚੈਨਲ ਦੇ ਕਮੈਂਟ ਬਾਕਸ 'ਚ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਬਾਕੀ ਆਪਣਾ ਜਿਹੜਾ ਟੈਲੀਗ੍ਰam ਚੈਨਲ ਹੈ ਉਹਦਾ ਲਿੰਕ ਵੀ ਮੈਂ ਤੁਹਾਨੂੰ ਦੇ ਦੂੰਗੀ ਤੋ ਵੀ ਤੁਸੀਂ ਮੈਨੂੰ ਕੋਈ ਵੀ ਕੁਐਸਚਨ ਹੋਏਗਾ ਤੁਹਾਡਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਰਿਗਾਰਡਿੰਗ ਮਾਸਟਰ ਕੈਡਰ 33704 ਪੋਸਟ ਲਈ ਜਿਹੜੇ ਹੁਣ ਤੁਹਾਨੂੰ ਬੁਲਾਇਆ ਗਿਆ ਹੈ ਸੋ ਇਹ ਇੰਪੋਰਟੈਂਟ ਇੰਪੋਰਟੈਂਟ ਡਾਕੂਮੈਂਟ ਨੀ ਇੱਕ ਵਾਰ ਹੋਦਾ ਸੀ ਨੇ 10th ਦਾ +2 ਦਾ ਗ੍ਰੈਜੂਏਸ਼ਨ ਦੀ ਤਿੰਨੋਂ ਸਾਲਾਂ ਦੀ ਅ ਡਿਗਰੀ ਤੁਹਾਨੂੰ ਡਿਗਰੀ ਇਹ ਜਾਨੀ ਕਿ ਇਹ ਚਾਰ ਹੋਗੇ ਹਰ ਬੀਅਰ ਦੀ ਵੀ ਇਸੇ ਤਰ੍ਹਾਂ ਹੀ ਤੁਹਾਡੇ ਚਾਰ ਜਿਹੜੇ ਸੈਮੈਸਟਰਾਂ ਦੀ डीएमसी ਹੋਏਗੀ ਪਲੱਸ ਇੱਕ ਤੁਹਾਡਾ ਡਿਗਰੀ ਔਰ ਕੈਟਾਗਰੀ ਦੀ ਔਰ ਪੰਜਾਬ ਡੋਮਿਸਾਈਲ ਦੀ ਪੀਐਸਟੈਟ 2 ਦੀ ਸਰਟੀਫਿਕੇਟ ਸੋ ਇਹ ਸਾਰੇ ਤੁਸੀਂ ਇਕੱਠੇ ਕਰਕੇ ਇੱਕ ਫਾਈਲ ਰੈਡੀ ਕਰਨੀ ਹੈ ਮੈਂ ਸਾਰਾ ਕੁਝ ਆਪਣੇ ਚੈਨਲ ਦੀ ਤੁਸੀਂ ਪਲੇਲਿਸਟ ਜਾਓਗੇ ਮਾਸਟਰ ਗੈਟ ਦੀ ਉੱਥੇ ਦੱਸਿਆ ਹੋਇਆ ਹੈ ਤੁਸੀਂ ਆਪਣੀ ਫਾਈਲ ਕਿੱਦਾਂ ਰੈਡੀ ਕਰਨੀ ਹੈ ਠੀਕ ਹੈ ਇੱਕ ਫਾਈਲ ਲੈਣੀ ਹੈ ਉਹਦੇ ਵਿੱਚ ਆਪਣੇ ਸਾਰੇ ਡਾਕੂਮੈਂਟਸ ਤੁਸੀਂ ਅ ਅਕੋਰਡਿੰਗਲੀ ਜਿਵੇਂ ਪਹਿਲਾਂ ਪਰਫਾਰਮਾ ਪਾ ਦੇਣਾ ਹੈ ਫਿਰ ਐਜੂਕੇਸ਼ਨ ਵਾਲਾ ਉੱਪਰ ਪੇਸਟ ਹੋਣ ਸਕਰੂਟੀ ਕਰਨੀ ਕਿਹੜੀ ਫਾਈਲ ਲੈਣੀ ਹੈ ਉਹਦੇ ਅੰਦਰ ਕਿਹੜੇ ਕਿਹੜੇ ਡਾਕੂਮੈਂਟਸ ਲੈਣੇ ਨੇ ਉਹਨੂੰ ਕਿਦਾਂ ਫਿਲ ਕਰਨਾ ਹੈ ਇਹ ਔਰ ਕਿਹੜੇ ਕਿਹੜੇ ਡਾਕੂਮੈਂਟਸ ਤੁਸੀਂ ਨਾਲ ਲਿਖ ਜਿਹਨੇ ਸਾਰਾ ਕੁਝ ਵੀ ਆਪਣੇ ਚੈਨਲ ਦੀ ਪਲੇਲਿਸਟ ਤੇ ਹੈ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਲਓ ਇੱਕ ਵਾਰ ਤੁਹਾਨੂੰ ਪਤਾ ਚੱਲ ਜਾਏਗਾ ਕਿ ਕੀ ਕੀ ਡਾਕੂਮੈਂਟਮ ਚਾਹੀਦੇ ਨੇ ਘਬਰਾਣ ਦੀ ਬਿਲਕੁਲ ਲੋੜ ਨਹੀਂ ਹੈ ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋ ਠੀਕ ਹੈ ਨਾਲੇ ਮੈਂ ਤੁਹਾਨੂੰ ਇੱਕ ਵਾਰ ਲਿਸਟ ਦਿਖਾ ਦੇਣੀ ਹੈ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ BC ਦੇ ਵਿੱਚ ਜਿਨ੍ਹਾਂ ਦਾ ਸਟੂਡੈਂਟਸ ਦੇ ਨਾਮ ਆਏ ਨਹੀਂ ਪਛੜੀ ਸ਼੍ਰੇਣੀ ਨਾਲ ਸੰਬੰਧਿਤ ਠੀਕ ਹੈ BC ਦੇ ਵਿੱਚ ਇਹ ਬੱਚਿਆਂ ਦੇ ਨਾਮ ਆਏ ਆ 100 8 ਤੱਕ ਗਈ ਹੈ ਮੈਰਿਟ ਔਰ ਜਿਹੜੇ SC আর ਤੇ O ਦੇ ਜਿਹੜੇ ਬੱਚੇ ਨੇ ਉਹਨਾਂ ਦੀ ਐਲਿਸਟ ਹੈ ठीक है इतों जाके प, एजुकेशनल डिपार्टमेंट की जी वैबसाइट है उतो जाके डाउनलोड कर लो तो अपना नाम चैक कर सकते हो बाकी मैं अपने च टैलीग्राम चैनल पर भी आ लिस्ट आ पा दा दे दूंगी और मैं डिस्क्रिप्शन से सूँ इस एजुकेशनल रिक्रूटमेंट डॉ दी लिंक दे दूँगी और जाके खुद भी देख सौ ठीक है और बिल्कुल घबराना नहीं है और ध्यान सारा अपना फिल करना परफॉर्मा और कोई भी क्वेरी हो मैंने जरूर पूछे ठीक है सर्विसमैन की हैगी है लिस्ट ਐਕ ਸਰਵਿਸਮੈਨ ਦੀ ਅਦਰ ਕੈਟਾਗਰੀਜ਼ ਦੀ ਐਸਸੀ ਦੀ ਆ ਬੀਸੀ ਦੀ ਆ ਤੁਸੀਂ ਦੇਖ ਸਕਦੇ ਹੋ ਵੈਬਸਾਈਟ ਤੇ ਐ ਦੇਖੋ ਇੱਥੇ ਜਾ ਕੇ ਤੁਸੀਂ ਆ ਆਪਣੀ ਲਿਸਟਾਂ ਇੱਥੋਂ ਦੀ ਚੈੱਕ ਕਰ ਲੈਣੀਆਂ ਨੇ ਠੀਕ ਹੈ ਇੱਥੇ ਤੁਸੀਂ ਆਪਣੀਆਂ ਲਿਸਟਾਂ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਬੀਸੀ ਐਸਸੀ ਸਰਵਿਸਮੈਨ ਐਸਸੀ ਆਰਓ ਵੈਰੀਸ ਕੈਟਾਗਰੀ ਇਹਨਾਂ ਦਿੱਤੀ ਹੈ ਤੇ ਇਹ ਤੋਂ ਤੁਸੀਂ ਫੁੱਲ ਨੋਟੀਫਿਕੇਸ਼ਨ ਵੀ ਪੜ੍ਹ ਸਕਦੇ ਹੋ ਔਰ ਆਪਣੀ ਲੌਗਇਨ ਆਈਡੀ ਤੋਂ ਆਈਡੀ ਤੋਂ ਲੌਗਇਨ ਕਰਕੇ ਤੁਸੀਂ ਆਪਣੀ ਜਿਹੜੀ ਫਾਈਲ ਹੈ ਮੈਂ ਤੁਹਾਨੂੰ ਫਤੋ ਜਾ ਕੇ ਤੁਸੀਂ ਅ ਅੰਦਰ ਨਾ ਨਿਊ ਅਪਲੋਡ ਦੇ ਵਿੱਚ ਤੁਸੀਂ ਆਪਣੀ ਸਾਰੇ ਫਾਈਲ 800kb ਦੇ ਵਿੱਚ ਅਪਲੋਡ ਕਰ ਦੇਣੀ ਹੈ ਥੈਂਕ ਯੂ एवरीवन